ਸੰਗਤ ਜੀ, ਗੁਰੂ ਘਰ ਵਿੱਚ ਸੰਗਤ ਪੰਗਤ ਵਿੱਚ ਭੁੰਡੇ ਬੈਠਣ ਦੀ ਮਰਯਾਦਾ, ਅੱਜ ਭੈੜੀ ਰੀਤ ਫਿਰ ਚੱਲ ਗਈ। ਗੁਰਦੁਆਰਿਆਂ ਵਿੱਚ ਲੋਕ ਕੁਰਸੀਆਂ ਡਾਉਣ ਲੱਗ ਪਏ, ਲੰਗਰਾਂ ਵਿੱਚ ਵੀ ਡਾਉਣ ਲੱਗ ਪਏ। ਇਹ ਗੁਰੂ ਸਾਹਿਬ ਜੀ ਦੇ ਸਮੇਂ ਦੀ ਪਰੰਪਰਾ ਨਹੀਂ ਹੈ, ਇਹ ਆਗਿਆ ਨਹੀਂ ਹੈ। ਗੁਰੂ ਘਰ ਵਿੱਚ ਵੀ ਪਾਈਏ, ਬਿਮਾਰੀ ਨਹੀਂ ਹੋਣੀ ਚਾਹੀਦੀ। ਗੁਰੂ ਘਰ ਵਿੱਚ ਇੱਕ ਵੀ ਕੁਰਸੀ ਨਹੀਂ ਲੱਗਣੀ ਚਾਹੀਦੀ। ਜੇ ਕੋਈ ਭਾਈ ਬੈਠ ਨਹੀਂ ਸਕਦਾ, ਬਾਹਰ ਪੌੜੀਆਂ 'ਤੇ ਬਹਿ ਜਾਓ। ਜ਼ਰੂਰੀ ਥੋੜ੍ਹੋ ਆਪਾਂ ਮਰਯਾਦਾ ਤੋੜਨੀ ਹੈ। ਲੰਗਰ ਦੇ ਵਿੱਚ ਵੀ ਕੁਰਸੀ ਨਹੀਂ ਹੋਣੀ ਚਾਹੀਦੀ। ਇਹ ਗੁਰੂ ਘਰ ਦੀ ਮਰਯਾਦਾ ਸਤਿਗੁਰਾਂ ਦੇ ਸਮੇਂ ਤੋਂ ਨਹੀਂ ਹੈ। ਗੁਰਬਾਣੀ ਵਿੱਚ ਵੀ ਇਹ ਬਚਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਫ ਵਿਛਾ ਕੇ ਥੱਲੇ ਬੈਠਦੇ ਸਨ ਪੁਰਾਣੇ ਸਮਿਆਂ ਵਿੱਚ। ਸਫ ਕਾਹੀ ਦੇ ਘਾਹ ਦੀ ਤਿਆਰ ਕਰਕੇ ਬਣਾਈ ਹੁੰਦੀ ਸੀ, ਉਹਨੂੰ ਥੱਲੇ ਵਿਛਾ ਕੇ ਫਿਰ ਉੱਤੇ ਸੰਗਤ ਨੇ ਬੈਠਣਾ, ਜਾਂ ਦਰੀਆਂ ਵਿਛਾਉਣੀਆਂ ਜਾਂ ਗਲੀਚੇ ਵਿਛਾਉਣੇ। ਜੇ ਬਈ ਕੁਰਸੀਆਂ ਦੀ ਜਾਂ ਉੱਚੇ ਮੂਹੜਿਆਂ ਦੀ ਜਾਂ ਟੇਬਲਾਂ ਦੀ ਕੋਈ ਸਤਿਗੁਰੂ ਦੀ ਆਗਿਆ ਹੁੰਦੀ, ਫਿਰ ਗੁਰਬਾਣੀ ਵਿੱਚ ਜਾਂ ਇਤਿਹਾਸ ਵਿੱਚ ਜ਼ਿਕਰ ਆ ਹੀ ਜਾਣਾ ਸੀ ਨਾ। ਇਸ ਕਰਕੇ ਗੁਰਮਰਯਾਦਾ ਨਾ ਤੋੜੋ। ਹੱਥ ਬੰਨ ਕੇ ਬੇਨਤੀ ਸਾਰਿਆਂ ਨੂੰ ਮੈਂ ਕਰਦਾ ਕਿ ਬਈ ਗੁਰਦੁਆਰਿਆਂ ਵਿੱਚ ਲੰਗਰਾਂ ਵਿੱਚ ਕੁਰਸੀਆਂ ਨਾ ਰੱਖੋ, ਇਹ ਬਹੁਤ ਵੱਡਾ ਪਾਪ ਹੈ। ਹਿਤ ਲਾਏ ਸੋ ਦਾਤੂ ਕੀਨ ਸੋਏ। ਉਸ ਵਕਤ ਦਾਤੂ ਜੀ ਨੇ ਬਹੁਤਾ ਹਿਤ ਲਾ ਕੇ, ਬਹੁਤਾ ਪ੍ਰੇਮ ਲਾ ਕੇ, ਬੜੇ ਚਾਅ ਨਾਲ ਸੁੱਖ ਕੇ ਸਮੇਤ ਜਾਮਨ ਬਿਤਾਏ, ਔਰ ਸਤਿਗੁਰੂ ਜੀ ਨੂੰ ਸਾਰੀ ਬਰਾਤ ਨੂੰ ਬਹੁਤ ਸੁੰਦਰ ਪਕਵਾਨ ਔਰ ਮਠਿਆਈਆਂ ਛਕਾਈਆਂ ਔਰ ਬਹੁਤ ਸੇਵਾ ਕੀਤੀ ਹੈ। ਸੁੱਖ ਕੇ ਸਮੇਤ ਜਾਮਨ ਬਿਤਾਏ, ਔਰ ਬੜੇ ਸੁੰਦਰ ਸੁੰਦਰ ਬਿਸਤਰੇ ਪਲੰਗ ਸਾਰੇ ਬਰਾਤੀਆਂ ਲਈ ਆਰਾਮ ਲਈ ਲਾਏ ਹੋਏ, ਤਿਆਰ ਕਰਕੇ ਰੱਖੇ ਹੋਏ ਹੈ। ਸਤਿਗੁਰੂ ਜੀ ਲਈ ਵੱਖਰਾ ਇੰਤਜ਼ਾਮ ਕੀਤਾ ਹੋਇਆ ਹੈ। ਸਾਰਿਆਂ ਨੇ ਸੁੱਖ ਦੇ ਸਹਿਤ ਉਹ ਰਾਤ ਖਡੂਰ ਸਾਹਿਬ ਗੁਜ਼ਾਰੀ ਹੈ। ਉੱਠ ਸੋਚ ਕਰਿਆ ਕੀਨ ਸੁਨਹਾਏ, ਸੋਚਾਚਾਰ ਕਰਕੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੈ। ਚੜ ਕੇ ਬਰਾਤ ਗਮਨੀ ਸੁਰਾਹੋ, ਇਹ ਸੋਚਾ ਮਲ ਦਾ ਤਿਆਗ ਔਰ ਦਾਤਣ ਕੁਰਲਾ ਕਰਨਾ, ਇਹ ਸੋਚਾਚਾਰ ਹੈ। ਫਿਰ ਇਸ਼ਨਾਨ ਹੈ, ਮਰਯਾਦਾ ਹੈ ਗੁਰੂ ਘਰ ਦੀ। ਸੋ ਭਾਈ ਫਿਰ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਫਿਰ ਸਾਰਿਆਂ ਨੇ ਨਿਤਨੇਮ ਕੀਤਾ, ਭਜਨ ਸਿਮਰਨ ਬੰਦਗੀ ਕੀਤੀ, ਸਵਾ ਪਹਿਰ ਚੌਂਕੜੇ ਲਾ ਕੇ। ਉਸ ਤੋਂ ਬਾਅਦ ਬਰਾਤ ਚੜ੍ਹੀ ਹੈ, ਕਿਹੜੇ ਰਸਤੇ ਨੂੰ ਤੁਰੀ ਹੈ ਇਸ ਵਕਤ? ਜਿਸ ਵਿਖੇ ਸ਼ੈਲ ਕਰਤੇ ਉਮਾਹੋ, ਗੋਂਦਵਾਲ ਸਾਹਿਬ ਨੂੰ ਮੁੱਖ ਕੀਤਾ ਬਰਾਤ ਨੇ, ਔਰ ਜਿਸ ਬਰਾਤ ਦੇ ਵਿੱਚ ਸ਼ੈਲ ਬਾਂਕੇ ਜਵਾਨ, ਜਿਹੜੇ ਨੌਜਵਾਨ ਹੈ ਨਾ, ਉਹਨਾਂ ਨੂੰ ਬਹੁਤੀ ਜ਼ਿਆਦਾ ਖੁਸ਼ੀ ਹੈ ਇਸ ਬਰਾਤ ਵਿੱਚ ਜਾਣ ਦੀ, ਬੜਾ ਉਮਾਹ ਹੈ। ਤਰੇ ਕੋ ਸੂਤੀ ਗੋਇੰਦਵਾਲਾ, ਇੱਥੋਂ ਖਡੂਰ ਸਾਹਿਬ ਤੋਂ 3 ਕੋਹ ਗੋਇੰਦਵਾਲ ਸਾਹਿਬ ਦਾ ਪੰਧ ਹੈ, ਦੂਰ ਹੈ। ਤਹ ਗਏ ਜਾਏ ਪਹੁੰਚੇ ਉਤਾਲ, ਉੱਥੇ ਛੇਤੀ ਨਾਲ ਹੀ ਪਹੁੰਚ ਗਏ, ਕੋਈ ਬਹੁਤਾ ਦੂਰ ਨਹੀਂ ਸੀ ਖਡੂਰ ਸਾਹਿਬ ਤੋਂ। ਸਭ ਉੱਤਰ ਬਾਵਲੀ ਕਰ ਇਸ਼ਨਾਨ, ਸਾਰਿਆਂ ਨੇ ਉੱਤਰ ਕੇ ਸਾਧ ਸੰਗਤ ਜੀ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ। ਮਹਾਰਾਜ ਜੀ ਨੇ ਗੁਰ ਤੀਰਥਾਂ ਦੀ ਮਰਯਾਦਾ ਹਮੇਸ਼ਾ ਹੀ ਮੁੱਖ ਰੱਖੀ।